ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਸ਼ੰਕਰ ਭਗਵਾਨ ਕੀ ਜੈ। ਜੈ ਸ਼੍ਰੀ ਮਹਾਕਾਲ, ਹਰ ਹਰ ਮਹਾਦੇਵ। ਅੱਜ ਮੈਂ ਸ਼ੰਕਰਾਨੰਦ ਗਿਰੀ, ਅੱਜ ਅਸੀਂ ਮਹਾ ਸ਼ੋਭਾ ਯਾਤਰਾ ਜੋ ਕਿ ਪਟਿਆਲਾ ਸ਼ਹਿਰ ਵਿੱਚ ਪਿਛਲੇ 43 ਸਾਲ ਤੋਂ ਕੱਢੀ ਜਾ ਰਹੀ ਹੈ, ਉਸ ਦੇ ਉਪਲਕਸ਼ ਵਿੱਚ ਅਸੀਂ ਪੁਰਸ਼ੋਤਮ ਸਿੰਗਲਾ ਜੀ, ਜੋ ਪੰਜਾਬ ਪ੍ਰਧਾਨ ਨੇ ਹਿੰਦੂ ਸਿੱਖ ਸੈਨਾ ਦੇ, ਸਾਡੇ ਨਾਲ ਸਚਿਨ ਆਜ਼ਾਦ ਜੀ ਨੇ, ਇਹਨਾਂ ਨੂੰ ਸਾਰੇ ਹਿੰਦੂ ਨੇਤਾਵਾਂ ਨੂੰ ਜੋ ਕਿ ਪਾਤੜਾਂ ਦੇ ਵਿੱਚ ਸਨਾਤਨ ਦਾ ਕੰਮ ਕਰ ਰਹੇ ਨੇ, ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ, ਲੇਕਿਨ ਮੈਂ ਫਿਰ ਵੀ ਚਲੋ ਨਾਮ ਲਿੱਤਾ ਇਹਨਾਂ ਦਾ। ਇਹ ਸਾਰੇ ਹਿੰਦੂ ਸੰਗਠਨਾਂ ਨੂੰ ਅਸੀਂ ਪਟਿਆਲਾ ਵਿੱਚ ਸ਼ੋਭਾ ਯਾਤਰਾ ਲਈ ਅਸੀਂ ਨਿਮੰਤਰਣ ਸੱਦਾ ਦੇਣ ਆਏ ਹਾਂ, ਜੋ ਕਿ ਮਹਾ ਸ਼ੋਭਾ ਯਾਤਰਾ ਭਗਵਾਨ ਸ਼ੰਕਰ ਜੀ ਦੀ ਸਵਰਨ ਪਾਲਕੀ ਨਾਲ ਕੱਢੀ ਜਾਂਦੀ ਹੈ ਪਟਿਆਲਾ ਸ਼ਹਿਰ ਵਿੱਚ। ਤਾਂ ਹਿੰਦੁਸਤਾਨ ਵਿੱਚ ਮੇਰੇ ਖਿਆਲ ਨਾਲ ਕਿਤੇ ਵੀ ਇਹੋ ਜਿਹੀ ਸ਼ੋਭਾ ਯਾਤਰਾ ਨਹੀਂ ਨਿਕਲਦੀ। ਤਾਂ ਸਾਨੂੰ ਵੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਭਰਾ ਨੇ ਪਿਛਲੇ ਕਈ ਕਈ ਦਸ਼ਕਾਂ ਤੋਂ ਸਨਾਤਨ ਦਾ ਕੰਮ ਕਰ ਰਹੇ ਨੇ, ਇਹ ਸਾਰੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਤੇ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਨ। ਜੈ ਸ਼ੰਕਰ ਜੀ। ਪੁਰਸ਼ੋਤਮ ਸਿੰਗਲਾ, ਪ੍ਰਧਾਨ ਆਲ ਇੰਡੀਆ ਹਿੰਦੂ ਸਿੱਖ ਸੈਨਾ ਪੰਜਾਬ। ਮੈਂ ਧੰਨਵਾਦ ਕਰਦਾ ਪਹਿਲਾਂ ਸਾਡੇ ਹਿੰਦੂ ਤਾਕਤ ਦੇ ਮੁਖੀ ਘਰਾਨੰਦ ਗਿਰੀ ਜੀ, ਜੋ ਕਿ ਪਟਿਆਲੇ ਤੋਂ ਸਪੈਸ਼ਲ ਸਾਨੂੰ ਜਥੇਬੰਦੀ ਨੂੰ ਇੱਕ ਮਹਾ ਸ਼ਿਵਰਾਤਰੀ ਦਾ ਜੋ ਉੱਥੇ ਇੱਕ ਕੁੰਭ ਸੋਭਾ ਯਾਤਰਾ ਜੋ ਕਿ ਵਿਸ਼ਾਲ ਜੋ ਸੰਤਾ ਜੀ ਸਾਨੂੰ ਆਪਣੇ ਮਹਾਰਾਜ ਜੀ ਨੇ ਦੱਸਿਆ ਵੀ 43ਵੀਂ ਲਗਾਤਾਰ ਉੱਥੇ ਸਾਰੇ ਸਮੂਹ ਪਟਿਆਲਾ ਨਗਰ ਦੇ ਵਿੱਚੋਂ ਸੋਭਾ ਯਾਤਰਾ ਕੱਢੀ ਜਾਣੀ ਹੈ, ਉਹਦੇ ਨਿਮਰਤਨ ਸਾਨੂੰ ਇੱਕ ਸੱਦਾ ਪੱਤਰ ਦੇਣ ਆਏ ਨੇ, ਮੈਂ ਇਹਨੂੰ ਕਬੂਲ ਕਰਦਾ। ਤੇ ਸਵਾਮੀ ਜੀ ਨੂੰ ਇੱਕ ਚਰਨਾਂ ਚ ਵਿਸ਼ਵਾਸ ਦਵਾਨਾ ਵੀ ਅਸੀਂ ਸਨਾਤਨ ਧਰਮ ਵਾਸਤੇ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ, ਪਾਤਰਾਂ ਦੇ ਵਿੱਚ ਸਾਡਾ ਇੱਕ ਇਤਿਹਾਸ ਹੈ, ਉਹਨੇ ਵੀ ਅਸੀਂ ਇੱਕ ਹਰਿਦੁਆਰ ਤੋਂ ਪੈਦਲ ਗੰਗਾ ਜਲ ਲੈ ਕੇ ਲਗਾਤਾਰ 35ਵੀਂ ਯਾਤਰਾ ਸਾਡੀ ਉਰੇ ਵੀ ਆ ਰਹੀ ਹੈ। ਸਾਡੀ ਵੀ ਇੱਕ ਇਤਿਹਾਸਕ ਸੋਭਾ ਯਾਤਰਾ ਹੁੰਦੀ ਹੈ ਪਾਤਰਾਂ ਦੇ ਵਿੱਚ, ਜੋ ਕਿ ਪੂਰੇ ਨਗਰ ਦੇ ਵਿੱਚੋਂ ਨਿਕਲਦੇ 2 ਕਿਲੋਮੀਟਰ ਦੇ ਲਗਭਗ ਸੋਭਾ ਯਾਤਰਾ ਪੂਰੇ ਨਗਰ ਦੇ ਵਿੱਚੋਂ ਨਿਕਲਦੀ ਹੋਈ ਪੂਰੇ ਨਗਰ ਵਾਸੀਆਂ ਵੱਲੋਂ ਜਗ੍ਹਾ ਜਗ੍ਹਾ ਉਹਨਾਂ ਦਾ ਸਵਾਗਤ ਕੀਤਾ ਜਾਂਦਾ, ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ, ਫੁੱਲ ਵਗੈਰਾ ਜਿੱਦਾਂ 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 ਸੇਵਾ ਸੰਸਥਾਵਾਂ ਉਰੇ ਸਾਡੀਆਂ ਹੈਗੀਆਂ ਨੇ ਉਹਦਾ ਸਵਾਗਤ ਕਰਦੀਆਂ ਨੇ, ਉਹ ਵੀ ਉਰੇ ਅਸੀਂ ਇੱਕ ਬੂਟਾ ਸਾਡੀ ਕਿਰਪਾ ਨਾਲ ਲਾਇਆ ਹੋਇਆ, ਸਾਰੇ ਸਨਾਤਨ ਧਰਮ ਨੂੰ ਨਾਲ ਲੈ ਕੇ ਚੱਲਦੇ ਹਾਂ। ਸਾਡਾ ਸਾਰਾ ਸ਼ਹਿਰ ਉਦੋਂ ਸ਼ਿਵਰਾਤਰੀ ਨੂੰ ਇੱਕ ਸ਼ਿਵਮਈ ਹੁੰਦਾ, ਵੇਖਣਯੋਗ ਹੁੰਦਾ। ਪਰ ਅਸੀਂ ਸੰਤਾਂ ਜੀ ਨੇ ਸਾਨੂੰ ਇੱਕ ਅਪੀਲ ਕਰੀ ਆ, ਸਾਡੇ ਤਖ਼ਤ ਗੁਰੂ ਜੀ ਨੇ ਵੀ ਅਸੀਂ ਉੱਥੇ ਪਟਿਆਲੇ ਵੀ ਸਾਡੀ ਇੱਕ ਜ਼ਿੰਮੇਵਾਰੀ ਲਾਈ ਆ, ਮੈਂ ਸਾਡੇ ਕੌਮੀ ਪ੍ਰਧਾਨ ਸਚਿਨ ਜਾਜ ਜੀ ਉਹ ਵੀ ਤੁਹਾਨੂੰ ਦੱਸਣਗੇ ਇਹਦੇ ਬਾਰੇ, ਅਸੀਂ ਆਪਣੀ ਜਥੇਬੰਦੀ ਸਮੇਤ ਉੱਥੇ ਪਟਿਆਲੇ ਜੋ ਵੀ ਮਹਾ ਸ਼ੋਭਾ ਯਾਤਰਾ ਜੋ ਵਿਸ਼ਾਲ ਨਿਕਲਣੀ ਆ ਉਹਦੇ ਵਿੱਚ ਜ਼ਰੂਰ ਇਹਨਾਂ ਦੇ ਸੀਧਵਾਨਾ ਯੋਗਦਾਨ ਪਾਵਾਂਗੇ। ਜੈ ਸ਼ੰਕਰ ਕੀ ਜੈ। ਸ਼ੰਕਰ ਜੈ ਸ਼੍ਰੀ ਰਾਮ। ਸਾਰੇ ਮੇਰੇ ਭਰਾਵਾਂ ਨੂੰ, ਅੱਜ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਸਾਡੇ ਵਿੱਚ ਮੌਜੂਦ ਹੋਏ ਨੇ ਵਿਸ਼ੇਸ਼ ਤੌਰ ਤੇ ਪਰਮ ਪੂਜਨੀਏ ਸ਼ੰਕਰਾਨੰਦ ਗਿਰੀ ਜੀ ਮਹਾਰਾਜ, ਧਰਮਾਦੀਸ਼
ਹਿੰਦੂ ਤਖ਼ਤ ਪਟਿਆਲਾ ਰਾਸ਼ਟਰੀ ਧਰਮ ਪ੍ਰਚਾਰਕ, ਮੈਂ ਇਹਨਾਂ ਦਾ ਸਵਾਗਤ ਕਰਦਾ। ਮੈਂ ਦੱਸਣਾ ਚਾਹੁੰਦਾ ਸਾਰੇ ਮੇਰੇ ਵੀਰਾਂ ਨੂੰ ਕਿ ਜਿਵੇਂ ਆਪਾਂ ਸਭ ਜਾਣਦੇ ਹਾਂ ਸਾਡੇ ਸ਼ੇਰੇ ਹਿੰਦ ਪਵਨ ਕੁਮਾਰ ਸ਼ਰਮਾ ਜੀ ਤੇ ਪਰਮ ਪੂਜਨੀ ਪੰਚਾਨੰਦ ਗਿਰੀ ਜੀ ਮਹਾਰਾਜ, ਜਿਨ੍ਹਾਂ ਦੀ ਦੇਖ ਰੇਖ ਹੇਠ ਪਟਿਆਲਾ ਵਿਖੇ ਮਹਾਸ਼ਿਵਰਾਤਰੀ ਦਾ ਸ਼ੁਭ ਦਿਹਾੜਾ ਲਗਾਤਾਰ ਪਿਛਲੇ 40-42 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ, ਉਸੇ ਰੀਤ ਨੂੰ ਅੱਗੇ ਤੋਰਦਿਆਂ ਹਿੰਦੂ ਤਖ਼ਤ ਪਟਿਆਲਾ ਕਾਲੀ ਮਾਤਾ ਮੰਦਿਰ ਪਟਿਆਲਾ ਵੱਲੋਂ ਜੋ ਸ਼ੋਭਾ ਯਾਤਰਾ ਸ਼ਿਵਰਾਤਰੀ ਦਾ ਮਹਾਂਪਰਵ ਮਨਾਇਆ ਜਾ ਰਿਹਾ ਹੈ, ਮੈਂ ਇੱਥੇ ਸਾਨੂੰ ਸੱਦਾ ਪੱਤਰ ਦੇਣ ਆਏ ਨੇ ਵਿਸ਼ੇਸ਼ ਤੌਰ ਤੇ ਗੁਰੂ ਜੀ, ਮੈਂ ਇਹਨਾਂ ਨੂੰ ਜੀ ਆਇਆਂ ਆਖਦਾ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਅਸੀਂ ਪਿਛਲੇ ਦਿਨੀ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਵੱਲੋਂ ਮੰਗ ਪੱਤਰ ਵੀ ਦੇ ਚੁੱਕੇ ਹਾਂ ਤੇ ਮੰਗ ਕਰਦੇ ਹਾਂ ਕਿ ਖਾਸ ਕਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੋ ਮੀਟ ਦੀਆਂ ਦੁਕਾਨਾਂ ਨੇ ਉਹ ਬੰਦ ਰੱਖੀਆਂ ਜਾਣ ਉਸ ਦਿਨ, ਕਿਉਂਕਿ ਇਸ ਤਿਉਹਾਰ ਦੇ ਨਾਲ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਨੂੰ ਦੇਖਦੇ ਹੋਏ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਉਸ ਦਿਨ ਮੀਟ ਦੀਆਂ ਅੰਡੇ ਦੀਆਂ ਦੁਕਾਨਾਂ ਜਿਹੜੀਆਂ ਬੰਦ ਰੱਖੀਆਂ ਜਾਣ ਤੇ ਮੰਗ ਕਰਦੇ ਹਾਂ ਕਿ ਇਸ ਸ਼ਿਵਰਾਤਰੀ ਵਾਲੇ ਦਿਨ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਕੀਤੇ ਜਾਣ ਤਾਂ ਕੋਈ ਅਣਸੁਖਮੀ ਘਟਨਾ ਤੋਂ ਬਚਾਇਆ ਜਾ ਸਕੇ। ਇਸ ਟਾਈਮ ਪੰਜਾਬ ਚ ਜੋ ਹਾਲਾਤ ਨੇ ਉਹ ਬਹੁਤ ਮਾੜੇ ਹੁੰਦੇ ਜਾ ਰਹੇ ਨੇ, ਜਿਵੇਂ ਕਿ ਆਪਾਂ ਪਿਛਲੇ ਦਿਨ ਦੇਖ ਸਕਦੇ ਹਾਂ ਲੁਧਿਆਣੇ ਵਿਖੇ ਸ਼ਿਵ ਮੰਦਿਰ ਵਿਚ ਭੰਨਤੋੜ ਕੀਤੀ ਗਈ। ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਉਹ ਨਹੀਂ ਚਾਹੁੰਦੀਆਂ ਪੰਜਾਬ ਦੇ ਵਿਚ ਅਮਨ ਚੈਨ ਬਣਿਆ ਰਹੇ, ਸੋ ਮੈਂ ਪੁਲਿਸ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਇਸ ਵਿਸ਼ੇ ਵੱਲ ਧਿਆਨ ਦਿੱਤਾ ਜਾਵੇ। ਹਿੰਦੂਆਂ ਦੀ ਆਸਥਾ ਨਾਲ ਜੋ ਲੋਕ ਖਿਲਵਾੜ ਕਰਨਾ ਚਾਹੁੰਦੇ ਨੇ, ਅਮਨ ਚੈਨ ਨੂੰ ਭੰਗ ਕਰਨਾ ਚਾਹੁੰਦੇ ਨੇ, ਅਜਿਹੇ ਲੋਕਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਮੈਂ ਜੋ ਸਾਡੇ ਹਿੰਦੂ ਵੀਰ ਨੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਆਪਾਂ ਇਸ ਮਹਾਸ਼ਿਵਰਾਤਰੀ ਦੇ ਪਰਵ ਤੇ ਰਲ ਮਿਲ ਕੇ ਹਿੰਦੂ ਤਖ਼ਤ ਨੂੰ ਸ੍ਰੀ ਕਾਲੀ ਮਾਤਾ ਮੰਦਿਰ ਵੱਲੋਂ ਜੋ ਇਹ ਮਹਾਸ਼ਿਵਰਾਤਰੀ ਕੱਢੀ ਜਾਂਦੀ ਹੈ, ਜਿਵੇਂ ਕਿ ਸਾਡੇ ਪਾਤਨਾ ਵਿਚ 30 ਸਾਲਾਂ ਤੋਂ ਲਗਾਤਾਰ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜੋ ਮੁੰਡੇ ਗੰਗਾ ਜਲ ਲੈ ਕੇ ਹਰਿਦੁਆਰ ਤੋਂ ਆਉਂਦੇ ਨੇ ਲਗਾਤਾਰ ਉਹ ਚੱਲ ਰਹੀ ਹੈ। ਸੋ ਅਸੀਂ ਜਿਵੇਂ ਕਿ ਸਾਡੀ ਗੁਰੂ ਜੀ ਨੇ ਜਿੰਮੇਵਾਰੀ ਲਾਈ ਹੈ, ਅਸੀਂ ਮਹਾਸ਼ਿਵਰਾਤਰੀ ਦੇ ਤਿਉਹਾਰ ਤੇ ਪਟਿਆਲੇ ਪਹੁੰਚਾਂਗੇ, ਜੋ ਸਾਡੀ ਡਿਊਟੀ ਲਾਈ ਹੈ ਅਸੀਂ ਤਨਦੇਹੀ ਨਾਲ ਨਿਭਾਵਾਂਗੇ। ਇਹੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਮੈਂ ਬੇਨਤੀ ਕਰਦਾ ਕਿ ਆਓ ਰਲ ਕੇ ਇਹ ਮਹਾਸ਼ਿਵਰਾਤਰੀ ਤੇ ਆਪਾਂ ਹਮਲਾ ਮਾਰੀਏ ਤੇ ਵੱਧ ਤੋਂ ਵੱਧ ਇਸ ਯਾਤਰਾ ਦੇ ਵਿਚ ਸ਼ੋਭਾ ਯਾਤਰਾ ਦੇ ਵਿਚ ਪਟਿਆਲੇ ਵਿਖੇ ਇਕੱਠੇ ਹੋਈਏ ਤੇ ਵੱਧ ਤੋਂ ਵੱਧ ਸਹਿਯੋਗ ਦਈਏ। ਮੈਂ ਦੁਬਾਰਾ ਤੋਂ ਫੇਰ ਇੱਥੇ ਪਾਤਨਾ ਵਿਖੇ ਆਲ ਇੰਡੀਆ ਸ਼ਿਵ ਸੈਨਾ ਵੱਲੋਂ ਯੂਥ ਦਾ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਸਾਡੇ ਪਰਸ਼ੋਤਮ ਸਿੰਗਲਾ ਜੀ ਪੰਜਾਬ ਪ੍ਰਧਾਨ ਆਲ ਇੰਡੀਆ ਹਿੰਦੂ ਸ਼ਿਵ ਸੈਨਾ, ਅਸੀਂ ਆਪਣੇ ਸੰਗਠਨ ਵੱਲੋਂ ਸ਼ੰਕਰਾਨੰਦ ਗਿਰੀ ਜੀ ਦਾ ਪਰਮ ਪੂਜਨੀ ਜੀ ਦਾ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ। ਓਮ ਨਮੋ ਪਾਰਵਤੀ ਪਤੇ ਹਰ ਹਰ ਮਹਾਦੇਵ।